ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸੋ ਪੰਜਾਬ ਪੁਲਿਸ ਕਾਂਸਟੇਬਲ ਦੇ ਐਗਜ਼ਾਮ ਨੇ ਆਪਣੇ ਸਾਰੇ ਹੀ ਬੱਚਿਆਂ ਨੂੰ ਇੱਕ ਬਹੁਤ ਵੱਡੀ ਸਿੱਖ ਦਿੱਤੀ ਹੈ ਵੀ ਜਦੋਂ ਵੀ ਤੁਸੀਂ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰਦੇ ਹੋ ਤਾਂ ਇਸ ਜਰਨੀ ਦੇ ਵਿੱਚ ਕਦੇ ਵੀ ਢਿੱਲੇ ਨਹੀਂ ਪੈ ਸਕਦੇ, ਕਿਉਂਕਿ ਐਗਜ਼ਾਮ ਬੱਚੋ ਆਪਣੇ ਸਾਹਮਣੇ ਕਦੋਂ ਵੀ ਆ ਕੇ ਟਪਕ ਸਕਦਾ ਹੈ ਤੇ ਕਹਿੰਦੇ ਕਹਾਉਂਦੇ ਬੱਚਿਆਂ ਦੀਆਂ ਛਾਲਾਂ ਚਕਾ ਸਕਦਾ ਹੈ ਵੀ ਸਾਰੀਆਂ ਪਲੈਨਿੰਗਾਂ ਧਰੀਆਂ ਧਰਾਈਆਂ ਰਹਿ ਜਾਂਦੀਆਂ ਵੀ ਜੋ ਵੀ ਬੱਚੇ ਦੀ ਸਟ੍ਰੈਟਜੀ ਹੁੰਦੀ ਹੈ ਉਹ ਸਭ ਮਤਲਬ ਜਿਵੇਂ ਕਹਿੰਦੇ ਇੱਕ ਡਸਟਬਿਨ ਚਲੀ ਜਾਂਦੀ ਹੈ, ਕਦੋਂ ਵੀ ਅਚਾਨਕ ਕੁਛ ਵੀ ਹੋ ਸਕਦਾ ਹੈ। ਤੇ ਇਹੀ ਟ੍ਰੈਂਡ ਆਉਣ ਵਾਲੇ ਪੇਪਰਾਂ ਦੇ ਵਿੱਚ ਦੇਖਣ ਨੂੰ ਮਿਲੇਗਾ। ਮੈਂ ਬਾਰ ਬਾਰ ਬੱਚਿਆਂ ਨੂੰ ਕਹਿ ਰਿਹਾ ਵੀ ਆਪਦਾ ਟਾਈਮ ਬਹੁਤ ਸੋਚ ਸਮਝ ਕੇ ਯੂਟੀਲਾਈਜ਼ ਕਰੋ ਬੱਚਿਓ। ਹੋ ਸਕਦਾ ਵੀ ਅਗਲੇ ਮਹੀਨੇ ਦੇ ਐਂਡ ਤੱਕ ਲੇਬਰ ਇੰਸਪੈਕਟਰ, ਸੀਨੀਅਰ ਅਸਿਸਟੈਂਟ ਜਾਂ ਜੋ ਵੀ ਤੁਸੀਂ ਐਕਸ ਵਾਈ ਜੈਡ ਐਗਜ਼ਾਮ ਹੋਰ ਆਉਣੇ ਹੈ ਫਿਲ ਕਰਨੇ ਹੈ, ਸਾਰੇ ਕਾਸੇ ਦਾ ਪ੍ਰੋਸੈਸ 3 ਮਹੀਨਿਆਂ ਦੇ ਅੰਦਰ ਸਿਮਟਾ ਦਿੱਤਾ ਜਾਏਗਾ। ਸੋ ਇਹ ਗੱਲ ਕਦੇ ਨਾ ਭੁੱਲਿਓ। ਮੈਂ ਇਹ ਵੀ ਕਹਿਣਾ ਚਾਹੁੰਦਾ ਵੀ ਜੋ ਬੱਚਾ ਸਿਲੈਕਸ਼ਨ ਵਾਲੀ ਤਿਆਰੀ ਕਰਦਾ ਉਹਦੇ ਕੋਲ ਦਿਨ ਵਾਕਈ ਗਿਣਤੀ ਦੇ ਹੁੰਦੇ ਹੈ, ਜਿਨ੍ਹਾਂ ਨੇ ਟਾਈਮ ਪਾਸ ਕਰਨਾ ਉਹਨਾਂ ਕੋਲ ਤਾਂ ਇੱਕੋ ਹੀ ਕੁਐਰੀ ਹੁੰਦੀ ਹੈ, ਪੇਪਰ ਕਦੋਂ ਆਉਣਾ ਜੀ, ਪੇਪਰ ਕਦੋਂ ਆਉਣਾ, ਨੋਟੀਫਿਕੇਸ਼ਨ ਕਦੋਂ ਆਉਣਾ, ਪੇਪਰ ਕਦੋਂ ਆਉਣਾ। ਸੋ ਇਹ ਚੀਜ਼ਾਂ ਤੋਂ ਆਪਦਾ ਦੂਰ ਰੱਖੋ ਆਪਦੇ ਆਪ ਨੂੰ ਅਤੇ ਆਪਦੀ ਤਿਆਰੀ ਵੱਲ ਬੱਚੋ ਰੱਖੋ ਫੋਕਸ। ਅਤੇ ਰਹੀ ਗੱਲ ਅੱਜ ਇਸ ਵੀਡੀਓ ਦੀ ਜਿਹਦੇ ਵਿੱਚ ਹਰ ਇੱਕ ਬੱਚੇ ਲਈ ਬਹੁਤ ਬਹੁਤ ਖਾਸ ਹੈ, ਚਾਹੇ ਉਹ ਬੱਚਾ ਆਪਣਾ ਓਲਡ ਹੈ ਅਤੇ ਚਾਹੇ ਉਹ ਬੱਚਾ ਫਰੈਸ਼ ਹੈ। ਸੋ ਦੋਨਾਂ ਹੀ ਸਟੂਡੈਂਟਾਂ ਦੇ ਲਈ ਇਹ ਵੀਡੀਓ ਖਾਸ ਹੈ। ਸੋ 5-7 ਮਿੰਟ ਦੀ ਵੀਡੀਓ ਪੂਰੀ ਜ਼ਰੂਰ ਦੇਖ ਲਿਓ ਤਾਂ ਤੁਹਾਡੇ ਸਾਰੇ ਡਾਊਟ ਕਲੀਅਰ ਹੋ ਸਕਣ। ਹੁਣ ਸਿਲੈਕਸ਼ਨ ਵਾਲੀ ਤਿਆਰੀ ਮੈਂ ਕਹਿਣਾ ਵੀ ਕਰਨੀ ਹੈ ਤਾਂ ਦਿਨ ਗਿਣਤੀ ਦੇ ਹੀ ਹੈ, ਤਾਂ ਦਿਨ ਉਹ ਗਿਣਤੀ ਦੇ ਬੱਚੇ ਤੁਹਾਨੂੰ ਮਤਲਬ ਇੰਨੇ ਕੁ ਧਮਾਕੇਦਾਰ ਤਰੀਕੇ ਨਾਲ ਵਰਤਣੇ ਪੈਣਗੇ ਵੀ ਤੁਹਾਨੂੰ 36-36 ਘੰਟੇ ਦਾ ਉਹ ਦਿਨ ਲੱਗਣਾ ਚਾਹੀਦਾ। ਤਾਂ ਉਹਦੇ ਲਈ ਫਿਰ ਤੁਹਾਨੂੰ ਚਾਹੀਦਾ ਕੀ ਹੈ? ਸੁਪਰ ਕੰਟੈਂਟ ਚਾਹੀਦਾ ਤੁਹਾਡੀ ਡਿਮਾਂਡ ਤੇ, ਵਨ ਸਟਾਪ ਸੋਲਿਊਸ਼ਨ ਵੀ ਮਤਲਬ ਸਿੱਧਾ ਬਸ ਸਿੱਧਾ ਫੋਕਸ ਹੋਣਾ ਚਾਹੀਦਾ ਵੀ ਦਿਨ ਰਾਤ ਬਸ ਮੈਂ ਇਹ ਚੀਜ਼ ਕਵਰ ਕਰਾਂ ਤਾਂ ਮੇਰੇ 40-45 ਨੰਬਰਾਂ ਦਾ ਸਿਲੇਬਸ ਜਮਾ ਐਨ ਪੂਰਾ ਟਿਚਨ ਏ ਕਲਾਸ ਤਰੀਕੇ ਨਾਲ ਕਵਰ ਹੋਵੇ, ਚਾਹੇ ਉਹ ਮਤਲਬ ਬ੍ਰੇਨ ਸਟੋਰਮਿੰਗ ਕਲਾਸਿਸ ਹੋਣ, ਚਾਹੇ ਉਸ ਤੋਂ ਵੱਡੇ ਉੱਪਰ ਟੈਸਟ ਸੀਰੀਜ਼ ਹੋਵੇ, ਅਤੇ ਚਾਹੇ ਫਾਸਟ ਐਂਡ ਫਿਊਰੀਅਸ ਤਰੀਕੇ ਨਾਲ ਕਵਰ ਕਿਵੇਂ ਹੋ ਸਕਦਾ, ਕਲਰਫੁੱਲ PDFs ਹੋਣ, ਸਭ ਕੁਛ ਇੱਕ ਜਗ੍ਹਾ 'ਤੇ ਇੱਕ ਥਾਂ 'ਤੇ ਮਿਲੇ। ਸਰ ਉਹਦੇ ਲਈ ਬੱਚੋ ਤੁਹਾਡੀ ਡਿਮਾਂਡ 'ਤੇ ਲਗਾਤਾਰ ਬੱਚੇ ਸਰ ਜੀ PDF ਚਾਹੀਦੀ ਹੈ, ਸਰ ਜੀ ਕਹਿੰਦੇ ਲੈਕਚਰ ਚਾਹੀਦੀ ਹੈ, ਟੈਸਟ ਸੀਰੀਜ਼ ਚਾਹੀਦੀ ਹੈ, ਈਚ ਐਂਡ ਐਵਰੀ ਚੀਜ਼ ਬੱਚਿਓ ਤੁਸੀਂ ਸੋਚ ਹੀ ਨਹੀਂ ਸਕਦੇ ਇਹ ਸੁਪਰ ਆਫਰ ਸਾਰਾ ਕੁਛ। ਅਤੇ ਕੰਟੈਂਟ ਦਾ ਮਤਲਬ ਵੀਡੀਓ ਲੈਕਚਰਸ ਦਾ ਮਤਲਬ ਸਮਝਦੇ ਹੋ ਕੀ ਹੁੰਦਾ? ਇਹ ਵੈਸੇ ਨੂੰ ਆਪਣੀ ਐਪ 'ਤੇ ਦੇਖਣ ਨੂੰ ਮਿਲ ਜੂਗਾ, ਹਿਸਟਰੀ, ਪੋਲਿਟੀ, ਜੋਗ੍ਰਾਫੀ, ਇਕਾਨਮੀ, ਇਨਵਾਇਰਮੈਂਟ, ਸਟੈਟਿਕ GK, ਸਪੋਰਟਸ, ਕਰੰਟ ਅਫੇਅਰਸ। ਅਤੇ ਕਰੰਟ ਅਫੇਅਰਸ, ਸਮਾਰਟ ਕਰੰਟ ਅਫੇਅਰਸ, ਜੋ ਬੱਚਾ ਆਪਣਾ ਕਹਿ ਰਿਹਾ ਵੀ ਸਰ ਜੀ ਕਲਾਸਿਸ ਕਿਉਂ ਨਹੀਂ ਲਾ ਰਹੇ, ਆਪਣੀਆਂ ਐਪ ਦੇ ਵਿੱਚੋਂ ਕਲਾਸਿਸ ਲੱਗ ਰਹੀਆਂ ਨੇ, ਮਈ ਮੰਥ ਆਪਣਾ ਸਟਾਰਟ ਹੋ ਚੁੱਕਿਆ। ਸੋ ਇਹਨੂੰ ਕਹਿੰਦੇ ਆ ਵੀਡੀਓ ਲੈਕਚਰਸ। PDFs ਦਾ ਮਤਲਬ ਕੀ ਹੁੰਦਾ? ਸਾਨੂੰ ਤੁਸੀਂ ਮਤਲਬ ਸਾਡੇ ਦਿੱਤੇ ਹੋਏ ਨੰਬਰ 'ਤੇ ਤੁਸੀਂ ਕਾਲ ਕਰ ਸਕਦੇ ਹੋ, ਮਤਲਬ ਮੈਸੇਜ ਕਰ ਸਕਦੇ ਹੋ, ਤੁਹਾਨੂੰ ਡੈਮੋ PDF ਸੈਂਡ ਕਰ ਦਾਂਗੇ, ਚੈੱਕ ਕਰ ਲਓ PDF ਕਿਹਨੂੰ ਕਹਿੰਦੀ ਹੈ। ਅਤੇ ਰਹੀ ਗੱਲ ਫਿਰ ਟੈਸਟ ਸੀਰੀਜ਼ ਦੀ, ਇਹ ਤਾਂ ਮੈਂ ਕਹਿੰਦਾ ਜੇ ਤੁਸੀਂ UPSC ਦੀ ਵੀ ਤਿਆਰੀ ਕਰੀ ਹੈ ਤਾਂ ਤੁਹਾਨੂੰ ਵੀ ਕੁਛ ਸਿੱਖਣ ਨੂੰ ਮਿਲੇਗਾ ਅਤੇ ਵਾਕਈ ਤੁਸੀਂ ਜੱਜ ਕਰ ਸਕੋਗੇ ਸਾਡੇ ਕੁਆਲਿਟੀ ਨੂੰ, ਸਾਡੇ ਕੰਟੈਂਟ ਨੂੰ। ਸੋ ਮੇਰੇ ਕਹਿਣ ਦਾ ਮਤਲਬ ਕੀ ਹੈ ਵੀ ਚਾਹੀਦਾ ਕੀ ਹੈ? ਆਹ ਚੀਜ਼ਾਂ ਤੁਹਾਨੂੰ ਆਮ ਹੀ ਮਿਲ ਜਾਣਗੀਆਂ, ਬਟ ਤਿੰਨੇ ਚੀਜ਼ਾਂ ਬੱਚੋ ਤੁਹਾਨੂੰ ਸੁਪਰ ਲੈਵਲ ਦੀਆਂ ਚਾਹੀਦੀਆਂ, ਤੁਹਾਨੂੰ ਸੁਪਰ ਹਿਊਮਨ ਬਣ ਕੇ ਪ੍ਰੈਪਰੇਸ਼ਨ ਕਰਨੀ ਪਊਗੀ। ਜੇਕਰ ਮੈਂ ਕਹਿੰਦਾ ਤੁਸੀਂ ਟੌਪ 50 ਦੇ ਵਿੱਚ ਵਾਕਈ ਆਉਣਾ, ਵੈਸੇ ਤਾਂ ਇਹ ਸੁਪਰ ਆਫਰ ਹੈ ਅਤੇ ਪਹਿਲੇ 50 ਬੱਚਿਆਂ ਵਾਸਤੇ ਬੱਚਾ ਆਪਾਂ ਅਫੋਰਡ ਕਰ ਸਕਦੇ ਹਾਂ। ਬਸ ਇਹ ਥੋੜ੍ਹਾ ਜਿਹਾ ਮੇਰੇ ਵੱਲੋਂ ਇੱਕ ਹਿਸਾਬ ਨਾਲ, ਕਿਉਂਕਿ ਆਪਾਂ ਇੰਨਾ ਜ਼ਿਆਦਾ ਵੀ ਮਤਲਬ ਜਿਵੇਂ ਕਹਿੰਦੇ ਆ ਵੀ ਪਿਓਰ ਸੇਵਾ ਵਾਲਾ ਕੰਮ ਤਾਂ ਵੈਸੇ ਹੈ,
ਬਟ ਅਸੀਂ ਚਾਹੁੰਦੇ ਵੀ ਆਪਣੇ ਨਾਲ ਬੱਚਾ ਉਹੀ ਜੁੜੇ ਜਿਹੜਾ ਬੱਚਾ ਦਿਲੋਂ ਤਿਆਰੀ ਕਰਨਾ ਚਾਹੁੰਦਾ ਅਤੇ ਸਿਲੈਕਸ਼ਨ ਵਾਲੀ ਤਿਆਰੀ ਕਰਨਾ ਚਾਹੁੰਦਾ, ਤਾਂ ਇਸ ਕਰਕੇ ਵੀ ਮੈਂ ਸੋਚਿਆ ਵੀ 50 ਬੱਚਾ ਐਟਲੀਸਟ ਉਹ ਹੋਵੇ ਜਿਹੜਾ ਮੈਰਿਟ ਲਿਸਟ ਦੇ ਵਿੱਚ ਵੀ ਆਵੇ, ਬਿਕੋਜ਼ ਇਹ ਸਾਰਾ ਕੁਛ ਬੱਚੋ ਕੰਪਲੀਟ ਕੰਟੈਂਟ ਬੇਸਿਕ ਤੋਂ ਐਡਵਾਂਸ ਲੈਵਲ ਹੋਊਗਾ। ਸਭ ਤੋਂ ਵੱਡੀ ਗੱਲ ਈਚ ਐਂਡ ਐਵਰੀ ਵੈਸੇ ਜੀ ਮੈਂਸ਼ਨ ਕੀਤੀ ਹੋਈ ਹੈ, ਵੀਡੀਓ ਔਨ ਡਿਮਾਂਡ ਬੱਚੋ ਆਪਣੇ ਕੋਰਸ ਹੋਊਗਾ, ਅਤੇ ਇਹਦਾ ਮਤਲਬ ਇਹ ਵੀ ਨਹੀਂ ਗਾ ਵੀ ਕੰਟੈਂਟ ਇਹ 'ਚ ਅਪਡੇਟ ਨਹੀਂ ਹੋਇਆ ਕਰੇਗਾ। ਆਹ ਲੈਣ ਤੁਸੀਂ ਪੜ੍ਹ ਸਕਦੇ ਹੋ ਵੀ ਕੰਟੈਂਟ ਦੀ ਅਪਡੇਸ਼ਨ ਚੱਲਦੀ ਰਹੇਗੀ ਫਰੋਮ ਟਾਈਮ ਟੂ ਟਾਈਮ, ਚਾਹੇ ਉਹ ਕੋਈ ਵੀ ਟੈਸਟ ਬਣੇ ਉਹ ਵੀ ਇਹਦੇ ਵਿੱਚ ਹੀ ਐਡ ਹੋਇਆ ਕਰੂਗਾ, ਕੋਈ PDF ਹੈ ਉਹ ਵੀ ਇਹਦੇ ਵਿੱਚ ਹੀ ਐਡ ਹੋਊਗੀ, ਕੋਈ ਵੀਡੀਓ ਲੈਕਚਰ ਹੈ ਜਿਵੇਂ ਕਰੰਟ ਅਫੇਅਰਸ ਵੈਸੇ ਵੀ ਹੋਣੇ ਹੋਣੇ ਹੈ ਉਹ ਵੀ ਇਹਦੇ ਵਿੱਚ ਹੀ ਕਵਰ ਹੋਣਗੇ। ਸਮਝ ਗਏ ਮੇਰੀ ਗੱਲ? ਸੋ ਸਾਰਾ ਕੁਛ ਬੱਚੋ ਕੰਪਲੀਟ ਫੋਰ ਫਸਟ 50 ਸਟੂਡੈਂਟਸ ਦੇ ਲਈ, ਜੋ ਕਿ ਤੁਹਾਨੂੰ ਮੈਂ ਬਹੁਤ ਜਲਦ ਵੀਡੀਓ ਦੇ ਵਿੱਚ ਨੈਕਸਟ ਵੀਡੀਓ 'ਚ ਦਿਖਾ ਵੀ ਦੇਊਂਗਾ ਵੀ ਭਾਈ ਇਹ ਅੰਕੜਾ ਕ੍ਰੋਸ ਕਰ ਚੁੱਕੇ ਹੈ, ਇਹ ਸਾਰਾ ਕੁਛ ਜਸਟ 999 ਦੇ ਵਿੱਚ ਹੈ। ਤੁਸੀਂ ਇਹ ਮੰਨ ਕੇ ਚੱਲੋ ਵੀ ਮਾਰਕੀਟ ਦੇ ਵਿੱਚ ਇੱਕ ਚੰਗੀ ਬੁੱਕ ਵੀ ਲੈਂਦੇ ਹੋ ਨਾ 500 ਤੋਂ ਘੱਟ, ਕੋਈ ਆਏ ਮੇਰੇ ਕੋਲ ਘੱਟੋ ਘੱਟ ਇੱਥੇ 60 ਕਿਤਾਬਾਂ ਪਈਆਂ, ਕਿਸੇ ਦੀ ਕੀਮਤ 400 ਤੋਂ ਘੱਟ ਨਹੀਂ ਹੈ। ਅਤੇ ਮੈਂ ਕਹਿੰਦਾ ਜੇ ਆਪਾਂ ਟੈਸਟ ਸੀਰੀਜ਼ ਦੀ ਗੱਲ ਕਰੀਏ ਤਾਂ ਕਿਸੇ ਟੈਸਟ ਸੀਰੀਜ਼ ਦੀ ਕੀਮਤ 700-500 ਤੋਂ ਘੱਟ ਨਹੀਂ ਹੁੰਦੀ। ਕੁਆਲਿਟੀ ਕੰਟੈਂਟ ਦੀ ਗੱਲ ਕਰਦਾ, ਦੇਨੂੰ ਤਾਂ ਆਪਾਂ ਫਰੀ ਆਫ ਕੋਸਟ ਵੀ ਦੇ ਸਕਦੇ, ਵਿੱਚ ਪਤਾ ਕੁਛ ਹੈ ਹੀ ਨਹੀਂ, ਸਾਨੂੰ ਪਤਾ ਵੀ ਅਸੀਂ ਕੀ ਪ੍ਰੋਵਾਈਡ ਕਰਵਾਉਣੇ ਹੈ। ਤਾਂ ਰਹੀ ਗੱਲ ਬੱਚੋ ਕੰਪਲੀਟ ਕੰਟੈਂਟ, ਸਾਰਾ ਕੰਪਲੀਟ ਪੈਕੇਜ, ਇੱਕ ਡ੍ਰੀਮ ਪੈਕੇਜ ਹੈ ਤੁਹਾਡੀ ਲਾਈਫ ਦਾ। ਅਤੇ ਸਭ ਤੋਂ ਵੱਡੀ ਗੱਲ ਕੀ ਹੈ, ਵੈਲਿਡਿਟੀ 1 ਸਾਲ ਦੀ ਤਾਂ ਰੱਖੀ ਹੈ ਵੀ ਤਾਂ ਜੋ 2025 ਤੱਕ ਜੋ ਵੀ ਤੁਸੀਂ ਇਗਜ਼ਾਮ ਦੇ ਵਿੱਚ ਅਪੀਅਰ ਹੋਣਾ ਤਾਂ ਤੁਹਾਨੂੰ ਆਸੇ ਪਾਸੇ ਦੇਖਣ ਦੀ ਜ਼ਰੂਰਤ ਜ਼ਿੰਦਗੀ ਭਰ ਨਾ ਪਵੇ। ਮੈਂ ਕਹਿਣਾ ਯਾਰ ਸਿਲੈਕਸ਼ਨ ਹੀ ਮਿਲ ਜਾਣੀ ਹੈ, ਕਿਉਂ ਜ਼ਰੂਰਤ ਪੈਣੀ ਹੈ? ਹੁਣ ਜਿਹਨਾਂ ਬੱਚਿਆਂ ਕੋਲ ਆਲਰੇਡੀ ਆਪਣਾ ਕੰਟੈਂਟ ਹੈਗਾ, ਫੋਰ ਐਗਜ਼ਾਮਪਲ ਤੁਸੀਂ ਆਪਣਾ ਸਿਲੈਕਸ਼ਨ ਕਿੱਟ ਕੋਰਸ ਜੁਆਇਨ ਕੀਤਾ ਹੋਇਆ, ਵੈਸੇ ਆਪਾਂ ਇਹ ਕੋਰਸ ਡਿਮਾਂਡ 'ਤੇ ਕਿਉਂ ਲੈ ਕੇ ਆਏ ਹਾਂ, ਬਿਕੋਜ਼ ਬਹੁਤ ਬੱਚੇ ਕਹਿੰਦੇ ਸੀ ਇਕੱਲਾ GK ਦਾ ਸੈਕਸ਼ਨ ਡਿਟੇਲ 'ਚ ਕਵਰ ਕਰਨਾ, ਅਸੀਂ ਕੰਪਲੀਟ ਕੋਰਸ ਨਹੀਂ ਬਾਏ ਕਰਨਾ। ਹੁਣ ਸਿਲੈਕਸ਼ਨ ਕਿੱਟ ਕੋਰਸ ਆਲਰੇਡੀ ਕੰਟੈਂਟ ਤਾਂ ਹੈਗਾ, ਹੁਣ ਮੰਨ ਲਓ ਤੁਸੀਂ ਜਸਟ ਇਕੱਲੀਆਂ ਮੰਨ ਲਓ PDF ਚਾਹੁੰਦੇ ਹੋ, ਜਾਂ ਤੁਸੀਂ ਮੰਨ ਲਓ ਇਕੱਲੇ ਟੈਸਟ ਸੀਰੀਜ਼ ਚਾਹੁੰਦੇ ਹੋ, ਜਾਂ ਜੋ ਵੀ ਤੁਸੀਂ ਮਤਲਬ ਇਕੱਲਾ ਕੰਟੈਂਟ ਸਿਲੈਕਟਡ ਕੰਟੈਂਟ ਚਾਹੁੰਦੇ ਹੋ ਆਪਦੀ ਪ੍ਰੈਪਰੇਸ਼ਨ ਦੇ ਮੁਤਾਬਕ, ਧੱਕਾ ਕੋਈ ਨਹੀਂ ਗਾ। ਮੈਂ ਇਹ ਨਹੀਂ ਮੰਨਦਾ ਵੀ ਇਹ ਕੀਮਤ ਕੋਈ ਜ਼ਿਆਦਾ ਥੋੜ੍ਹੀ ਹੈ, ਇਹ ਵੀ ਕੀਮਤ ਆਪਦੇ ਆਪ 'ਚ ਬਹੁਤ ਜ਼ਿਆਦਾ ਹੈ, ਬਿਕੋਜ਼ ਆਪਾਂ ਤੁਹਾਨੂੰ ਪਤਾ ਜੋ ਚੈਨਲ ਸਟਾਰਟ ਕੀਤਾ ਤਾਂ ਆਪਾਂ 200 ਰੁਪਏ ਦਾ ਕੋਰਸ ਦਿੱਤਾ ਸੀਗਾ, ਬਟ ਆਪਦੀ ਹਾਰਡਵਰਕ ਜਿੰਨਾ ਆਪਾਂ ਕੀਤਾ, ਮਿਹਨਤ ਕੀਤੀ ਹੈ, ਤਾਂ ਆਪਾਂ ਕੰਟੈਂਟ ਤਿਆਰ ਕੀਤਾ ਉਹਦੇ ਮੁਤਾਬਕ ਹੀ ਬਸ ਇੰਨੀ ਕੀਮਤ ਰੱਖੀ ਹੈ ਜਿਹੜੀ ਕਿ ਗੁੱਡ ਹੈ ਫੋਰ ਫਸਟ 50 ਨੂੰ ਬਾਰ ਬਾਰ ਮੈਂ ਕਹਿ ਰਹੀ ਹਾਂ। ਹਾਂ ਅੱਗੇ ਜਾ ਕੇ ਕੋਈ ਨਹੀਂ, ਬਾਹਲੀ ਜ਼ਿਆਦਾ ਕੀਮਤ ਹੋ ਜੂਗੀ, ਮਤਲਬ ਇਸ ਬੈਚ ਦੀ ਜਿਹੜੀ ਕੀਮਤ ਹੋਊਗੀ ਉਹ ਹੋਊਗੀ 1500 ਰੁਪੀਜ਼, ਇਹ ਵੀ ਸਰ ਮੈਂ ਦੱਸ ਦੇਣਾ ਚਾਹੁੰਦਾ। ਸਮਝ ਗਏ ਮੇਰੀ ਗੱਲ? ਸੋ ਜਿੰਨਾ ਬੱਚਿਆਂ ਨੇ PDF ਤੇ ਸੁਪਰ ਡੁਪਰ ਟੈਸਟ ਸੀਰੀਜ਼ ਹੀ ਇਕੱਲਾ ਬਾਏ ਕਰਨਾ, ਕੰਟੈਂਟ ਤੁਸੀਂ ਆਲਰੇਡੀ ਆਪਣਾ ਕਲਾਸਾਂ ਲਗਾ ਰਹੇ ਹੋ ਵੀ ਟਾਈਮ ਸਲੋ ਘਟੀ ਜਾਂਦਾ, ਤਾਂ ਤੁਸੀਂ ਬੱਚੋ ਇਸ ਨੰਬਰ ਤੇ ਵਟਸਐਪ ਕਰਨਾ ਤੇ ਇੱਥੇ ਤੁਸੀਂ ਆਪਦੀ ਡੈਮੋ PDF ਮੰਗਾ ਸਕਦੇ ਹੋ ਵੀ PDF 'ਚ ਕੀ ਹੋਊਗਾ ਤੇ ਟੈਸਟ ਸੀਰੀਜ਼ ਦੇ ਵਿੱਚ ਕੀ ਹੋਵੇਗਾ, ਠੀਕ ਹੈ ਨਾ। ਸੋ ਇਹ ਤੁਹਾਡੀ ਡਿਮਾਂਡ ਤੇ, ਇਹ ਡਿਮਾਂਡ ਤੁਸੀਂ ਵੀ ਆਪਦੇ ਹਰ ਇੱਕ ਫਰੈਂਡ ਨਾਲ ਜ਼ਰੂਰ ਸ਼ੇਅਰ ਕਰਨੀ ਹੈ, ਜਿੱਥੇ ਜੇ ਤੁਸੀਂ ਗਰੁੱਪ ਦੇ ਵਿੱਚ ਐਡ ਹੋ ਉਹਨਾਂ ਨੂੰ ਦੱਸੋ। ਤੇ ਰਹੀ ਗੱਲ ਆਪਣੇ ਕੰਟੈਂਟ ਦੇ ਰਿਗਾਰਡਿੰਗ, ਕਲਾਸਿਸ ਦੇ ਰਿਗਾਰਡਿੰਗ, ਇਹਦੇ ਲਈ ਬੱਚੋ ਤੁਸੀਂ ਆਪਣੀ ਐਪ ਡਾਊਨਲੋਡ ਕਰੋ ਰੁਪਿੰਦਰ ਸਿੱਧੂ ਅਕੈਡਮੀ ਪਲੇ ਸਟੋਰ ਤੇ ਜਾ ਕੇ। ਜਿਨ੍ਹਾਂ ਬੱਚਿਆਂ ਕੋਲ ਆਈਫੋਨ ਹੈ ਉਹ ਡਾਊਨਲੋਡ ਕਰਨਗੇ ਐਪ ਸਟੋਰ ਤੇ ਜਾ ਕੇ ਕਲਾਸ ਪਲੱਸ, ਤੇ ਉਦੋਂ ਬਾਅਦ ਕੋਡ ਮੰਗਿਆ ਜਾਂਦਾ, ਆਹ ਕੋਡ ਆਪਣਾ 5 ਅੱਖਰ ਦਾ ਫਿੱਲ ਕਰਨਾ। ਮੈਂ ਫਿਰ ਕਹਿ ਰਿਹਾ ਵੀਡੀਓਸ ਰਿਗਾਰਡਿੰਗ, ਕੰਟੈਂਟ ਦੇ ਰਿਗਾਰਡਿੰਗ, PDF ਜੋ ਕੁਛ ਵੀ ਤੁਸੀਂ ਪਹਿਲਾਂ ਚਾਹੁੰਦੇ ਹੋ ਤੁਸੀਂ ਇਸ ਨੰਬਰ ਤੇ ਕਾਲ ਕਰ ਸਕਦੇ ਹੋ, ਜਿਹੜਾ ਤੁਹਾਨੂੰ ਆਹ ਨੰਬਰ ਦਿੱਤਾ ਬੱਚੋ ਇਸ ਨੰਬਰ ਤੇ ਤੁਸੀਂ ਵਟਸਐਪ ਵੀ ਕਰ ਸਕਦੇ ਹੋ।
ਇਹਤੇ ਵੀ ਕਰ ਸਕਦੇ ਹੋ, ਖਾਸ ਕਰਕੇ ਉਹੀ ਬੱਚੇ ਜੋ ਆਲਰੇਡੀ ਆਪਣੇ ਕੋਰਸਿਸ 'ਚ ਐਨਰੋਲਡ ਨੇ। ਕੋਈ ਐਂ ਨਹੀਂ ਵੀ ਤੁਹਾਨੂੰ ਇਸ ਚੀਜ਼ ਦੀ ਰਿਕੁਆਇਰਮੈਂਟ ਹੈ, ਕਿਸੇ ਹੋਰ ਚੀਜ਼ ਦੀ ਰਿਕੁਆਇਰਮੈਂਟ ਹੈ, ਤੁਹਾਨੂੰ ਲੱਗਦਾ ਹੋਵੇ ਮੈਂ ਤਿਆਰੀ ਦੇ ਵਿੱਚ ਇਸ ਚੀਜ਼ 'ਚ ਥੋੜ੍ਹੀ ਜਿਹੀ ਕਮੀ ਲੱਗ ਰਹੀ ਹੈ, ਉਹਦਾ ਰਿਗਾਰਡਿੰਗ ਵੀ ਤੁਸੀਂ ਇੱਥੇ ਹੀ ਮੈਸੇਜ ਕਰਨਾ, ਇਸ ਨੰਬਰ 'ਤੇ ਮੈਸੇਜ ਕਰਨਾ, ਜਿਹੜੇ ਆਪਣੇ ਅਨਰੋਲਡ ਸਟੂਡੈਂਟ ਹੈ ਉਹਨਾਂ ਵਾਸਤੇ ਕਹਿ ਰਹੇ ਹਾਂ। ਜਿਹੜੇ ਬੱਚੇ ਫਰੈਸ਼ਰ ਜੁੜਨਾ ਚਾਹੁੰਦੇ ਆ ਉਹ ਇਸ ਨੰਬਰ 'ਤੇ ਕੁਐਰੀ ਕਰਨ, ਕਾਲ ਵੀ ਕਰ ਸਕਦੇ ਹੋ, ਠੀਕ ਹੈ ਨਾ। ਸੋ ਇਹ ਯਾਦ ਰੱਖਣਾ, ਇਹ ਸੁਪਰ ਆਫਰ ਬੱਚੋ ਜਸਟ ਫੋਰ ਫਸਟ 50 ਸਟੂਡੈਂਟਸ ਹੈ। ਸੋ ਅਵੇਲ ਦਿਸ ਆਫਰ ਜਿੰਨਾ ਜਲਦੀ ਹੋ ਸਕਦਾ, ਅਤੇ ਮੈਂ ਕਹਿੰਦਾ ਉਦੋਂ ਬਾਅਦ ਆਪਦੀ ਧਮਾਕੇਦਾਰ ਤਿਆਰੀ ਕਰੋ ਸਟਾਰਟ ਵਿਦਆਊਟ ਵੇਸਟਿੰਗ ਐਨੀ ਟਾਈਮ। ਸੋ ਮਿਲਦੇ ਹਾਂ ਬਹੁਤ ਜਲਦ ਬੱਚੋ ਆਪਾਂ ਕਲਾਸਿਸ ਦੇ ਵਿੱਚ। ਗੁੱਡ ਨਾਈਟ, ਸਵੀਟ ਡ੍ਰੀਮਸ, ਟੇਕ ਕੇਅਰ।